ਜਿਵੇਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਮੁਕਾਉਣ ਲਈ ਸੰਗਰਾਮ ਕਰਨਾ ਪਿਆ ਸੀ ਓਵੇਂ 18ਵੀਂ ਸਦੀ ਵਿੱਚ ਅਮਰੀਕਾ ਨੂੰ ਕਰਨਾ ਪਿਆ ਸੀ ਇੰਗਲੈਂਡ ਵਿਰੁੱਧ ਅਮਰੀਕਾ ਦੇ ਸੁਤੰਤਰਤਾ ਸੰਗਰਾਮ ਵਿੱਚ ਸਾਰੇ ਅਮਰੀਕਨ ਜੂਝ ਰਹੇ ਸਨ ਇੱਕ ਸ਼ਹਿਰ 'ਚ ਫੌਜੀ ਭਰਤੀ ਹੋ ਰਹੀ ਸੀ ਉੱਥੇ ਹਾਜ਼ਰ ਇੱਕ ਵੱਡੀ ਉਮਰ ਵਾਲੀ ਇਸਤਰੀ ਨੇ ਜੋਸ਼ ਤੇ ਉਤਸ਼ਾਹ ਨਾਲ ਕਿਹਾ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਆਜ਼ਾਦੀ ਦੇ ਸੰਗਰਾਮ 'ਚ ਮੈਂ ਵੀ ਯੋਗਦਾਨ ਪਾ ਰਹੀ ਹਾਂ ਇਸ ਸੰਸਾਰ 'ਚ ਮੇਰੀ ਸਾਰੀ ਦੌਲਤ ਮੇਰੇ ਦੋ ਪੁੱਤਰ ਹਨ ਤੇ ਦੋਵੇਂ ਫੌਜ 'ਚ ਭਰਤੀ ਹੋ ਗਏ ਹਨ। ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਨੂੰ 20 ਸਾਲ ਪਹਿਲੇ ਇਸ ਸੰਗਰਾਮ ਦਾ ਪਤਾ ਨਹੀਂ ਸੀ ਲੱਗ ਸਕਿਆ। ਜੇ ਪਤਾ ਹੁੰਦਾ ਤੇ ਮੈਂ ਕਈ ਹੋਰ ਹੋਰ ਪੁੱਤਰਾਂ ਨਾਲ ਇਸ ਅਜੋਕੇ ਸੰਗਰਾਮ 'ਚ ਹੋਰ ਯੋਗਦਾਨ ਪਾਉਣ ਦੀ ਖੁਸ਼ੀ ਮਨਣੀ ਸੀ। ਧੰਨਵਾਦ।